ਸਤਿ ਸ਼੍ਰੀ ਅਕਾਲ ਦੋਸਤੋ, ਫਾਸਟਵੇ ਚੈਨਲ ਦੀ ਪੇਸ਼ਕਾਰ ਅੰਮ੍ਰਿਤਸਰ ਸ਼ਹਿਰ ਦੀ ਸਾਂਭ ਸੰਭਾਲ ਲੈ ਕੇ ਫਿਰ ਇੱਕ ਵਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਕਰੋਨਾ ਦੇ ਚਲਦਿਆਂ ਸਾਰੇ ਹੀ ਸਮੀਕਰਨ ਬਦਲ ਗਏ ਹਨ, ਜਿਉਣ ਦਾ ਸਟਾਈਲ ਬਦਲ ਗਿਆ ਹੈ, ਕਾਰੋਬਾਰ ਦਾ ਸਟਾਈਲ ਬਦਲ ਗਿਆ ਹੈ। ਵੱਖ ਵੱਖ ਖਿੱਤਿਆਂ ਨਾਲ ਜੁੜਿਆਂ ਵੱਖ ਵੱਖ ਲੋਕਾਂ ਨੂੰ ਵੱਖ ਵੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਆਪਣੇ ਸਟੂਡੀਓ 'ਚ ਦਾਵਤ ਦਿੱਤੀ ਹੈ ਸ਼੍ਰੀ ਰੰਜਨ ਅਗਰਵਾਲ ਜੀ ਨੂੰ, ਜਿਹੜੇ ਕਿ ਪ੍ਰਧਾਨ ਹਨ ਮਹਾਰਾਜਾ ਅਗਰਸੇਨ ਅਗਰਵਾਲ ਸਮਾਜ ਸਭਾ ਦੇ ਪ੍ਰਸਿੱਧ ਉਦਯੋਗਪਤੀ ਹਨ, ਅਤੇ ਇਸ ਦੇ ਨਾਲ ਹੀ ਵੱਖ ਵੱਖ ਜਿਹੜੀਆਂ ਐਸੋਸੀਏਸ਼ਨ ਹਨ, ਵੱਖ ਵੱਖ ਜਿਹੜੀਆਂ ਮਾਰਕੀਟਸ ਦੀਆਂ ਐਸੋਸੀਏਸ਼ਨ ਹਨ, ਜਿਹੜੀਆਂ ਜਨਰਲ ਬੋਡੀਜ਼ ਹਨ, ਬਹੁਤ ਸਾਰੇ ਨੂੰ ਰੀਪ੍ਰਜੈਂਟ ਕਰਦੇ ਹਨ। ਰੰਜਨ ਅਗਰਵਾਲ ਜੀ ਸਰ, ਜੀ ਆਇਆਂ ਨੂੰ ਜੀ ਸਾਡੇ ਸਟੂਡੀਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਸੋ ਮੱਚ। ਤੁਸੀਂ ਅੱਜ ਖੇਚਲ ਕੀਤੀ ਸਾਨੂੰ ਇੱਥੇ ਬੁਲਾਉਣ ਦੀ। ਨਹੀਂ ਸਰ, ਧੰਨਵਾਦ ਜੀ, ਤੁਸੀਂ ਟਾਈਮ ਕੱਢਿਆ। ਤਾਂ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਕਿਉਂਕਿ ਇਹ ਜਿਵੇਂ ਤੁਹਾਨੂੰ ਦੱਸਿਆ ਇੰਡਸਟਰੀਅਲ ਵੀ ਹਨ, ਵਪਾਰੀ ਸੰਗਠਨਾਂ ਨੂੰ ਵੀ ਰੀਪ੍ਰਜੈਂਟ ਕਰਦੇ ਹਨ, ਅਤੇ ਰਿਲੀਜੀਅਸ ਬੋਡੀ ਨਾਲ ਵੀ ਜੁੜੇ ਹਨ, ਅਤੇ ਇਹਨਾਂ ਕੋਲੋਂ ਵੱਖ ਵੱਖ ਮੁੱਦਿਆਂ 'ਤੇ ਅਸੀਂ ਅੱਜ ਵਿਚਾਰਾਂ ਸਾਂਝੀਆਂ ਕਰਾਂਗੇ। ਸਰ, ਸਭ ਤੋਂ ਪਹਿਲਾਂ ਗੱਲ ਕਰੀਏ ਕਰਫਿਊ, ਫਿਰ ਲੋਕਡਾਊਨ, ਲੰਮਾ ਦੌਰ ਹੋ ਗਿਆ, ਕੀ ਅਸਰ ਪਿਆ ਇੰਡਸਟਰੀ 'ਤੇ ਅਤੇ ਕਾਰੋਬਾਰ 'ਤੇ? ਨੀਟਾ ਸਿੰਘ ਜੀ, ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੰਡਸਟਰੀ ਦੇ ਅਤੇ ਵਪਾਰੀਆਂ ਦੇ, ਟ੍ਰੇਡ ਦੇ, ਖਾਸ ਕਰਕੇ ਜਿਹੜੇ ਮੀਡੀਅਮ ਕਲਾਸ ਦੇ ਔਰ ਛੋਟੇ ਵਪਾਰੀ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਇਫੈਕਟਡ ਹੋਏ ਨੇ ਉਹ, ਕਿਉਂਕਿ ਪਿਛਲੇ 2 ਮਹੀਨੇ 10 ਦਿਨ ਤੋਂ ਲੋਕਡਾਊਨ ਦਾ ਪੀਰੀਅਡ ਚੱਲ ਰਿਹਾ। ਉਸ ਦੇ ਦਰਮਿਆਨ ਜਿਹੜੇ ਪੈਣ ਵਾਲੇ ਡੇਲੀ ਖਰਚੇ ਹੁੰਦੇ ਨੇ, ਚਾਹੇ ਉਹ ਲੇਬਰ ਦੇ ਹੋਣ, ਚਾਹੇ ਉਹ ਬੈਂਕ ਦੇ ਵਿਆਜ ਹੋਣ, ਚਾਹੇ ਉਹ ਘਰ ਦੇ ਖਰਚੇ ਹੋਣ, ਉਹ ਲਗਾਤਾਰ ਚੱਲਦੇ ਪਏ ਨੇ। ਔਰ ਕਮਾਈ ਦਾ ਸਾਧਨ ਬੰਦ ਹੋ ਗਿਆ, ਲੋਕਾਂ ਨੂੰ ਆਪਣੇ ਆਪਣੇ ਘਰੋਂ ਬਹਿਣਾ ਪਿਆ, ਜਿਸ ਕਾਰਨ ਇਸ ਵੇਲੇ ਜਿਹੜਾ ਮੀਡੀਅਮ ਕਲਾਸ ਅਤੇ ਛੋਟਾ ਵਪਾਰੀ ਹੈ, ਉਹ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਜਾ ਰਿਹਾ। ਸਰ, ਇੰਡਸਟਰੀ ਦੀ ਗੱਲ ਕਰੀਏ, ਤੁਸੀਂ ਵੀ ਇੰਡਸਟਰੀ ਚਲਾ ਰਹੇ ਹੋ, ਬੜੀ ਲੇਬਰ ਹੈ, ਤਨਖਾਹਾਂ ਵੀ ਦੇਣੀਆਂ ਪੈ ਰਹੀਆਂ, ਉਹਨਾਂ ਨੂੰ ਮੈਨੇਜ ਵੀ ਕਰਨਾ ਪੈ ਰਿਹਾ, ਆਰਥਿਕ ਪੱਖੋਂ ਕਿੰਨਾ ਕੁ ਪਿੱਛੇ ਹਟ ਗਈ ਇੰਡਸਟਰੀ? ਨੀਟਾ ਜੀ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਇੰਡਸਟਰੀ ਦਾ ਅਤੇ ਵਪਾਰ ਦਾ ਐਸੇ ਬੜਾ ਮਾੜਾ ਹਾਲ ਜਾ ਰਿਹਾ। ਉਸਦਾ ਮੇਨ ਕਾਰਨ ਇਹ ਹੈ ਕਿ ਜਿਹੜਾ ਸਰਕਾਰ ਨੇ ਇਕਨੋਮਿਕ ਪੈਕੇਜ ਦਿੱਤਾ, ਮੈਂ ਸਮਝਣਾ ਕਿ ਉਹ ਵਪਾਰੀਆਂ ਨਾਲ ਇੱਕ ਛਲਾਵਾ ਹੈ, ਇੱਕ ਵਪਾਰੀਆਂ ਨੂੰ ਧੋਖਾ, ਕਿਉਂਕਿ ਸਰਕਾਰ ਨੇ ਇਹਦੇ ਵਿੱਚ ਮਧੂਮੱਖੀ ਉਦਯੋਗ 13,500 ਕਰੋੜ ਰੁਪਇਆ, ਮੱਛੀ ਪਾਲਣ ਉਦਯੋਗ 14,000 ਕਰੋੜ ਰੁਪਇਆ, ਬੱਕਰੀ ਪਾਲਣ ਉਦਯੋਗ 15,000 ਕਰੋੜ ਰੁਪਇਆ, ਜਦਕਿ ਵਪਾਰੀਆਂ ਨੂੰ ਜੋ ਸਰਕਾਰ ਕੋਲੋਂ ਆਸ ਸੀ, ਉਹਦੇ 2% ਵੀ ਉਹਨਾਂ ਨੇ ਸਰਕਾਰ ਵਪਾਰੀਆਂ ਨੂੰ ਨਹੀਂ ਦਿੱਤਾ। ਉਹਨਾਂ ਨੇ ਸਭ ਤੋਂ ਵੱਡੀ ਪ੍ਰਚਾਰ ਕਰੀ ਜਾ ਰਹੇ ਨੇ ਕਿ ਬੈਂਕਾਂ ਨੂੰ, ਕਿ ਅਸੀਂ ਵਪਾਰੀਆਂ ਨੂੰ, MSE ਨੂੰ, ਖਾਸ ਕਰਕੇ MSE ਨੂੰ ਅਸੀਂ ਵਿਦਾਊਟ ਸਿਕਿਉਰਿਟੀ ਲੋਨ ਦੇਵਾਂਗੇ। ਮੈਂ ਤੁਹਾਨੂੰ ਅੱਜ ਇਹ ਲੋਨ ਦੀ ਜਿਹੜੀ ਇਹਨਾਂ ਨੇ ਜਿਹੜੀ ਫੈਸਿਲਿਟੀ ਦਿੱਤੀ ਵਪਾਰੀਆਂ ਨੂੰ ਵਿਦਾਊਟ ਸਿਕਿਉਰਿਟੀ ਤੋਂ, ਉਹ ਵੀ ਮੈਂ ਤੁਹਾਨੂੰ ਕਲੈਰੀਫਿਕੇਸ਼ਨ ਕਰਨਾ ਚਾਹੁੰਦਾ ਕਿ MSE ਵਿੱਚ ਦੋ ਤਰ੍ਹਾਂ ਦੇ ਮਤਲਬ ਕਿ ਇਹ ਮਹਿਕਮੇ ਆਉਂਦੇ ਨੇ। ਇੱਕ ਤਾਂ ਆਉਂਦਾ ਜੀ ਇੰਡਸਟਰੀ ਦਾ, ਸਮਾਲ ਸਕੇਲ ਇੰਡਸਟਰੀ ਦਾ, ਇੱਕ ਆਉਂਦਾ ਸਮਾਲ ਸਕੇਲ ਵਪਾਰੀ ਦਾ, ਮੀਡੀਅਮ ਕਲਾਸ ਵਪਾਰੀ ਦਾ, ਰਿਟੇਲਰ ਵਗੈਰਾ ਜਾਂ ਹੋਲਸੇਲਰ ਵਗੈਰਾ। ਇਹਨਾਂ ਨੇ ਇੰਡਸਟਰੀ ਨੂੰ ਤਾਂ ਲੈ ਲਿੱਤਾ, ਲੇਕਿਨ ਛੋਟੇ ਦੁਕਾਨਦਾਰਾਂ ਨੂੰ ਜਾਂ ਮੀਡੀਅਮ ਕਲਾਸ ਵਪਾਰੀਆਂ ਨੂੰ ਉਹ ਤੋਂ ਪਿਛਾਣ ਅਲੱਗ ਰੱਖਿਆ। ਹੁਣ ਅਸੀਂ ਵਿਦਾਊਟ ਸਿਕਿਉਰਿਟੀ ਲੋਨ ਦੀ ਗੱਲ ਕਰਦੇ ਹਾਂ। ਸਰਕਾਰ ਨੇ ਕਿਹਾ ਕਿ ਜਿਹੜਾ ਅਸੀਂ ਪਹਿਲਾਂ ਲੋਨ ਦਿੱਤੇ, ਜਿਹੜੇ ਬੰਦੇ ਨਾਲ ਬੈਂਕ ਦਾ ਲੋਨ ਵਰਤ ਰਿਹਾ, ਸਪੋਜ਼ ਕਰ ਲਓ ਇੱਕ ਵਪਾਰੀ 1 ਕਰੋੜ ਰੁਪਇਆ ਲੋਨ ਵਰਤ ਰਿਹਾ, ਇਹਨਾਂ ਨੇ 20% ਉਹਨੂੰ ਕਹਿ ਦਿੱਤਾ ਜੀ, ਬੈਂਕਾਂ ਨੂੰ ਕਹਿ ਦਿੱਤਾ ਕਿ ਜੇਕਰ ਲੈਣਾ ਚਾਹੇ ਤਾਂ ਇਹਨੂੰ 20% ਲੋਨ ਜਿਹੜਾ ਹੈਗਾ ਉਹ ਵਿਦਾਊਟ ਸਿਕਿਉਰਿਟੀ ਕੁਲੈਕਟਰ ਸਿਕਿਉਰਿਟੀ ਦੇ ਦਿੱਤਾ ਜਾਵੇ। ਦੋਸਤੋ, ਮੈਂ ਤੁਹਾਡੀ ਸੋਚ ਦੀ ਦਾਵਤ ਦਿਆਂਗਾ, ਕਿਉਂਕਿ ਜਦੋਂ ਕੋਈ ਵੀ ਬੈਂਕ ਕਿਸੇ ਵੀ ਵਪਾਰੀ ਨੂੰ ਲੋਨ ਦਿੰਦਾ, ਉਹ ਪਹਿਲਾਂ ਦੋ ਜਗ੍ਹਾ ਦੀ ਵੈਲਿਊਏਸ਼ਨ ਕਰਾਉਂਦਾ। ਜੇਕਰ ਉਹਦੀ ਪ੍ਰੋਪਰਟੀ ਦੀ ਵੈਲਿਊ 2 ਕਰੋੜ ਰੁਪਈਆ ਹੈ, ਤਾਂ ਉਹਦੀ ਮਿਨੀਮਮ ਤੋਂ ਮਿਨੀਮਮ ਵਰਸਟ ਟਾਈਮ ਵਿੱਚ ਉਹਦੀ ਵੈਲਿਊ ਗਿਰੀ ਜਾਂਦੀ ਹੈ, ਉਹਦਾ 75% ਉਹਨੂੰ ਬੈਂਕ ਲੋਨ ਦਿੰਦਾ।
ਤੇ ਜੇਕਰ ਜਿਹੜਾ ਬੰਦਾ ਹੁਣ ਤੁਸੀਂ 1 ਕਰੋੜ ਰੁਪਏ ਦੀ ਉਹਨੂੰ ਦੇ ਮਗਰ 20 ਲੱਖ ਰੁਪਈਆ ਉਹਨੂੰ ਐਕਸਟਰਾ ਲੋਨ ਦੇ ਰਹੇ ਹੋ ਵਿਦੋਰ ਕਲਸਟਰ ਸਕਿਉਰਟੀ ਤੋਂ, ਤੇ ਤੁਸੀਂ ਕੀ ਸਹਿਣ ਕਰ ਰਹੇ ਹੋ? ਕਿਉਂਕਿ ਆਲਰੇਡੀ ਉਸ ਬੰਦੇ ਦੀ 2 ਕਰੋੜ ਰੁਪਏ ਦੀ ਪ੍ਰਾਪਰਟੀ ਬੈਂਕ ਤੋਂ ਪਲੱਜ ਹੈ। ਜਦਕਿ ਸਰਕਾਰ ਨੂੰ ਚਾਹੀਦਾ ਸੀ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਸੀ, ਮੰਤਰੀ ਜੀ ਨੂੰ ਜਿਹੜੇ ਕਿ ਬੜੇ ਦੂਰਦਰਸ਼ੀ ਨੇ, ਬੜੇ ਮਿਹਨਤੀ ਨੇ, ਸਾਡੇ ਮਾਣਯੋਗ ਮੈਡਮ ਨਿਰਮਲਾ ਜੀ ਨੂੰ ਚਾਹੀਦਾ ਸੀ ਕਿ ਉਹ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦਿੰਦੇ ਕਿ ਜਿਹੜਾ ਇਹ ਰੈਪੋ ਰੇਟ ਬੈਂਕ ਕੋਲੋਂ 4.40% ਲੈ ਰਹੇ ਹੈ, ਇਹਨੂੰ 2.5% ਦੇ ਕਰ ਦੇ, ਔਰ ਬੈਂਕਾਂ ਨੂੰ ਕਹਿੰਦੇ ਆਪਣਾ ਪ੍ਰੋਫਿਟ ਘਟਾਓ। ਕਿਉਂਕਿ ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਬੈਂਕਾਂ ਨੂੰ 1.5 ਤੋਂ ਲੈ ਕੇ 2% ਖਰਚਾ ਪੈਂਦਾ, ਇਹਨਾਂ ਨੂੰ ਟੋਟਲ ਲੋਨ ਖਰਚਾ ਪੈਂਦਾ। ਜੇਕਰ ਇਹਨਾਂ ਦੀ ਕੋਸਟਿੰਗ 4.5% ਆਉਂਦੀ ਹੈ ਅਤੇ 1 ਸਾਲ ਪ੍ਰੋਫਿਟ ਨਾ ਕਰਦੇ, ਲੋਕਾਂ ਨੂੰ 5% 'ਤੇ ਇੰਡਸਟਰੀ ਨੂੰ ਅਤੇ ਟ੍ਰੇਡ ਨੂੰ ਇੰਟਰਸਟ 'ਤੇ ਰੇਟ ਰੁਪਈਆ ਉਪਲਬਧ ਕਰਾਉਂਦੇ। ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜਾ ਲੋਕਡਾਊਨ ਦਾ ਪੀਰੀਅਡ ਹੈ, ਚਾਹੇ ਉਹ 2 ਮਹੀਨੇ ਹੈ, 2.25 ਮਹੀਨੇ ਹੈ, ਉਹ ਜਿਹੜੇ ਲੋਕਾਂ ਦੇ ਵਿਆਜ ਹੈ ਉਹ ਮਾਫ਼ ਕਰਦੀ, ਅਤੇ ਬੈਂਕਾਂ ਨੂੰ ਔਡਰ ਕਰਦੀ ਕਿ ਜਿੰਨਾ ਵੀ ਇੰਡਸਟਰੀ ਵਾਲਾ ਲੋਨ ਚਾਹੀਦਾ ਉਹ 5% ਤੱਕ ਲੋਨ ਦੇਣ, ਤਾਂ ਕਿ ਇੰਡਸਟਰੀ ਜਿਹੜੀ ਜਿਹੜੀ ਇਕਦਮ ਇੰਡਸਟਰੀ ਨੂੰ ਬੂਮ ਆਉਂਦਾ ਔਰ ਵਪਾਰੀਆਂ ਨੂੰ ਰਾਹਤ ਮਿਲਦੀ ਔਰ ਵਪਾਰੀ ਸੰਚਾਰੂ ਰੂਪ 'ਤੇ ਆਪਣੇ ਕੰਮ ਕਰਦੇ। ਅੱਜ ਮੈਂ ਸਮਝਦਾ ਕਿ ਸਰਕਾਰ ਜਿਹੜਾ 20 ਲੱਖ ਰੁਪਈਆ ਐਕਸਟਰਾ ਲੋਨ ਦੇ ਰਹੀ ਹੈ, ਹੈਂਜੀ, ਉਹ ਵਪਾਰੀਆਂ ਉੱਤੇ ਐਕਸਟਰਾ ਜਿਹੜਾ ਭਾਰ ਹੈ ਉਹ ਪੈ ਰਿਹਾ। ਕਿਉਂਕਿ ਨਾ ਤਾਂ ਇੰਡਸਟਰੀ ਵਾਲਿਆਂ ਨੂੰ ਕੋਈ ਰਿਆਇਤ ਮਿਲ ਰਹੀ ਹੈ, ਨਾ ਤਾਂ ਕੋਈ ਇੰਡਸਟਰੀ ਵਾਲੀ ਰਿਆਇਤ ਮਿਲ ਰਹੀ ਹੈ ਔਰ ਨਾ ਹੀ ਕਿਸੇ ਕਿਸਮ ਦੀ ਫੈਸਿਲਿਟੀ ਮਿਲ ਰਹੀ ਹੈ। ਜਿਹਦਾ ਪਹਿਲਾਂ ਉਹਦੇ ਕੋਲ 1 ਕਰੋੜ ਦਾ ਲੋਨ ਸੀ, ਉਹ ਹੁਣ 1.2 ਕਰੋੜ ਹੋ ਗਿਆ। ਇਹ ਕਹਿੰਦੇ ਨੇ ਕਿ 1 ਸਾਲ ਉੱਤੇ ਵਿਆਜ ਨਹੀਂ ਦੇਣਾ ਪਏਗਾ, ਉੱਥੇ ਕਿਸ ਜਿਹੜੇ 20% ਜਿਹੜਾ ਐਕਸਟਰਾ ਲੋਨ ਲਿੱਤਾ ਗਿਆ ਹੈ ਉੱਤੇ ਨਾ ਤਾਂ ਉਹਨੂੰ ਵਿਆਜ ਦੇਣਾ ਪਏਗਾ 1 ਸਾਲ ਵਾਸਤੇ, ਨਾ ਹੀ ਵਾਪਸ ਕਰਨਾ ਪਏਗਾ। ਲੇਕਿਨ ਦੂਸਰੇ ਸਾਲ ਉਹ ਲੋਨ ਦੀ ਤਾਂ ਵਾਪਸੀ ਕਰਨੀ ਪਏਗੀ ਨਾ, ਜਿਹੜਾ ਨੰਬਰ 2 ਦੇ ਜਿਹੜਾ ਸਾਨੂੰ ਵਿਆਜ ਪੈਂਦਾ ਪਿਆ ਉਹ ਤਾਂ ਪੈ ਹੀ ਰਿਹਾ, ਉਹ ਚਾਹੇ 1 ਸਾਲ ਬਾਅਦ ਦੇਈਏ ਜਾਂ 2 ਸਾਲਾਂ ਬਾਅਦ ਦੇਈਏ, ਉਹ ਤਾਂ ਸਾਨੂੰ ਦੇਣਾ ਹੀ ਪੈਣਾ ਜੀ। ਰੰਜਨ ਜੀ, ਇਸੇ ਤੁਹਾਡੇ ਗੱਲ ਨਾਲ ਜੁੜੀ ਗੱਲ ਮੈਂ ਕਰਾਂਗਾ। ਜਦੋਂ ਅਨਾਊਂਸਮੈਂਟ ਹੋਈ ਪ੍ਰਧਾਨ ਮੰਤਰੀ ਵੱਲੋਂ ਵੀ 20 ਲੱਖ ਕਰੋੜ ਰੁਪਇਆ ਪੈਕੇਜ ਲਿਆ ਰਿਹਾ, ਠੀਕ ਹੈ, ਇੱਕ ਆਮ ਬੰਦਾ ਸੀ ਜਿਹੜਾ ਦਾਲ ਰੋਟੀ ਤੋਂ ਜਿਹੜਾ ਔਖਾ ਸੀ, ਉਹਨੂੰ ਇੱਕ ਆਸ ਬੱਝੀ ਵੀ ਪਤਾ ਨਹੀਂ ਮੇਰੇ ਖਾਤੇ 'ਚ ਕੀ ਆ ਜਾਣਾ। ਬਿਲਕੁਲ ਠੀਕ ਹੈ। ਕੀ ਤੁਸੀਂ ਇਹ ਨਹੀਂ ਸਮਝਦੇ 20 ਲੱਖ ਕਰੋੜ ਕੋਈ ਸਿੰਪਲ ਵੇ ਨਾਲ ਹਰ ਬੰਦੇ ਤੱਕ ਪਹੁੰਚਣਾ ਚਾਹੀਦਾ ਸੀ, ਤਾਂ ਕਿ ਉਹਨੂੰ ਰਾਹਤ ਮਿਲੇ ਵੀ ਜੇ ਮੈਂ 2 ਮਹੀਨੇ ਘਰ ਬੈਠਾ ਵਾਂ, ਜੇ ਮੈਨੂੰ ਦਾਲ ਰੋਟੀ ਦਾ ਮਸਲਾ, ਅਤੇ ਕੋਈ ਇਹੋ ਜਿਹਾ ਪੈਕੇਜ ਆਉਂਦਾ ਵੀ ਜਿਹੜਾ ਸਿੱਧਾ ਹਰ ਬੰਦੇ ਨੂੰ ਬੈਨੀਫਿਟ ਮਿਲਦਾ? ਹਾਂਜੀ ਨੀਟਾ ਜੀ, ਇੱਦਾਂ ਹੈ ਕਿ ਦੇਖੋ, ਜਿਹੜੀ ਕਰੋਨਾ ਦੀ ਮਹਾਂਮਾਰੀ ਬਿਮਾਰੀ ਹੈ ਉਹ ਇਕੱਲੇ ਇੰਡੀਆ ਵਿੱਚ ਨਹੀਂ, ਪੂਰੇ ਦੁਨੀਆ 'ਚ ਇਹ ਫੈਲੀ ਹੈ ਔਰ ਹਰ ਦੇਸ਼ ਦੇ ਹਰ ਕੰਟਰੀ ਨੇ ਆਪਣੇ ਆਪਣੇ ਇੰਡਸਟਰੀ ਨੂੰ, ਆਪਣੇ ਟ੍ਰੇਡਰਸ ਨੂੰ, ਆਪਣੇ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਅਲੱਗ ਅਲੱਗ ਤਰ੍ਹਾਂ ਦੀਆਂ ਉਹਨਾਂ ਨੂੰ ਸਬਸਿਡੀ ਦਿੱਤੀਆਂ, ਅਲੱਗ ਅਲੱਗ ਤਰ੍ਹਾਂ ਦੀਆਂ ਰਿਲੀਫ ਦਿੱਤੀਆਂ। ਜਿੱਦਾਂ US ਹੈ, ਕੈਨੇਡਾ ਹੈ, ਇਹਨੇ ਆਪਣੇ ਹਰ ਸਿਟੀਜ਼ਨ ਦੇ ਅਕਾਊਂਟ 'ਚ 2-2 ਹਜ਼ਾਰ ਤੋਂ ਲੈ ਕੇ 3-3 ਹਜ਼ਾਰ ਪਾਉਂਡ ਅਤੇ ਡੋਲਰ ਉਹਨਾਂ ਦੇ ਆਮ ਨਾਗਰਿਕ ਦੇ ਅਕਾਊਂਟ 'ਚ ਪਾਇਆ। ਜਿਹੜੇ ਇੰਡਸਟਰੀ ਵਾਲੇ ਸੀ ਉਹਨਾਂ ਨੂੰ 2-2 ਸਾਲ ਵਾਸਤੇ, 3-3 ਸਾਲ ਵਾਸਤੇ ਲੋਨ ਫਰੀ ਰੁਪਇਆ ਦਿੱਤਾ, ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ, ਕੋਈ ਵਿਆਜ ਨਹੀਂ। ਇੱਥੇ ਤਾਂ ਸਾਡੀ ਗੌਰਮੈਂਟ ਨੇ ਵਪਾਰੀਆਂ ਨੂੰ ਬੜੀ ਆਸ ਸੀ ਕਿ ਸਾਨੂੰ ਵਿਆਜ ਦੇ ਵਿੱਚ ਸਾਨੂੰ ਕੋਈ ਰਿਲੀਫ ਦਿੱਤੀ ਜਾਏਗੀ, ਜਿਹੜੀਆਂ EMI ਭਰਦੇ ਹਾਂ ਹਰ ਮਹੀਨੇ ਉਹਦੀ ਰਿਲੀਫ ਦਿੱਤੀ ਜਾਏਗੀ। ਲੇਕਿਨ ਅਫਸੋਸ, ਜਦੋਂ ਇਹ ਪੈਕੇਜ ਅਨਾਊਂਸ ਹੋਇਆ, ਜਿਹੜੀਆਂ ਲੋਕ ਆਸ਼ਾ ਲੈ ਕੇ ਬੈਠੇ ਸੀ ਉਹਨਾਂ ਦੇ ਚਿਹਰੇ ਉਦਾਸੀ ਦੇ ਨਾਲ ਭਰ ਗਏ ਕਿ ਇਹ ਗੌਰਮੈਂਟ ਨੇ ਸਾਨੂੰ ਕੀ ਪੈਕੇਜ ਦਿੱਤਾ ਹੈ, ਇਹ ਸਾਨੂੰ ਰਿਲੀਫ ਦਿੱਤੀ ਹੈ ਜਾਂ ਸਾਡੇ ਨਾਲ ਮਜ਼ਾਕ ਕੀਤਾ। ਮੈਂ ਸਾਡੇ ਮੈਡਮ ਬੜੇ ਹੀ ਮਿਹਨਤੀ ਔਰ ਬੜੇ ਹੀ ਇਮਾਨਦਾਰ ਨੇ ਮੈਡਮ ਨਿਰਮਲਾ ਜੀ, ਮੈਂ ਉਹਨਾਂ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਮੈਡਮ, ਜੇਕਰ ਤੁਸੀਂ ਵਪਾਰੀਆਂ ਦਾ ਭੱਲਾ ਕਰਨਾ ਚਾਹੁੰਦੇ ਹੋ ਤਾਂ MSME ਨੂੰ 2 ਕੈਟਾਗਰੀ 'ਚ ਲਵੋ, ਇੱਕ ਇੰਡਸਟਰੀ, ਇੱਕ ਛੋਟੇ ਦੁਕਾਨਦਾਰ ਐਂਡ ਟ੍ਰੇਡਰਸ। ਕਿਉਂਕਿ ਜੇਕਰ MSME ਵਿੱਚ 5% ਇੰਡਸਟਰੀ ਚੱਲਦੇ ਨੇ, ਉਹ ਮਾਲ ਵੇਚਣ ਵਾਸਤੇ, ਉਹ ਮਾਲ ਘਰ ਪਹੁੰਚਾਉਣ ਵਾਸਤੇ 95% ਦੁਕਾਨਦਾਰ ਉਹਨੂੰ ਉਹ 'ਤੇ ਡਿਪੈਂਡ ਕਰਦੇ ਨੇ, ਉਹਨਾਂ ਨੂੰ ਵੀ
ਤੁਸੀਂ ਕਹੋ ਦੱਸੋ ਕਿ ਜਿੰਨੀ ਜਿੰਨੀ ਜਿਹੜੀ ਟਰਨਓਵਰ ਹੈ ਜਾਂ ਜਿੰਨੀ ਜਿੰਨੀ ਜ਼ਰੂਰਤ ਹੈ ਉਹਦੇ ਮੁਤਾਬਕ ਉਹਨੂੰ ਸਸਤੇ ਰੇਟ 'ਤੇ ਬੈਂਕਾਂ ਨੂੰ ਕਹੋ ਕਿ ਇਹਨੂੰ ਸਸਤੇ ਰੇਟ 'ਤੇ ਵਿਆਜ ਦੇ ਰੁਪਇਆ ਦਿਓ ਤਾਂ ਕਿ ਉਹ ਆਪਣਾ ਕੰਮ ਦੀ ਦੁਬਾਰਾ ਸ਼ੁਰੂਆਤ ਕਰ ਸਕਣ ਜਿੱਥੇ ਉਹਨਾਂ ਦਾ ਕੰਮ ਦਾ ਲੈਵਲ ਨੀਚੇ ਹੋਇਆ ਹੈ ਉਹਨੂੰ ਉੱਪਰ ਕਰਕੇ ਆ ਮਿਹਨਤ ਕਰਕੇ ਪੰਜਾਬੀ ਬਹੁਤ ਮਿਹਨਤੀ ਨੇ ਸਾਡੇ ਇੰਡੀਅਨਸ ਬਹੁਤ ਮਿਹਨਤੀ ਨੇ ਦਿਨ ਰਾਤ ਕੰਮ ਕਰਦੇ ਨੇ ਮੈਂ ਬੇਨਤੀ ਕਰਾਂਗਾ ਕਿ ਜਾਂ ਰੇਟ ਆਫ ਇੰਟਰਸਟ ਹੈਗਾ ਉਹ ਮੈਕਸੀਮਮ ਤੋਂ ਮੈਕਸੀਮਮ 5% ਕੀਤਾ ਜਾਵੇ ਔਰ ਨਾਲ ਹੀ ਵਪਾਰੀਆਂ ਦੀ ਦੂਜੀ ਕੈਟਾਗਰੀ ਨੂੰ ਵੀ ਸ਼ਾਮਿਲ ਕੀਤਾ ਜਾਵੇ ਇੱਕ ਹੋਰ ਬਹੁਤ ਵੱਡਾ ਮਸਲਾ ਇਸ ਲਈ ਚਰਚਾ 'ਚ ਹੈ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਆਪਣੇ ਘਰਾਂ ਤੋਂ ਦੂਰ ਦੁਰਾਡ ਆਏ ਹੋਏ ਸੀ ਦਾਲ ਰੋਟੀ ਕਮਾਉਣ ਚਲੋ ਹਾਲਾਤ ਸੀ ਵਾਪਸ ਵੀ ਜਾਣਾ ਸੀ ਉਹਨਾਂ ਨੇ ਪਰ ਆਉਣ ਵਾਲਾ ਸਮਾਂ ਮੈਨੂੰ ਇੰਝ ਜਾਪਦਾ ਵੀ ਇੰਡਸਟਰੀ ਨੂੰ ਐਗਰੀਕਲਚਰ ਸੈਕਟਰ ਨੂੰ ਇਹ ਲੇਬਰ ਦੀ ਮੁਸ਼ਕਲ ਹੋਏਗੀ ਕਿ ਇਸ ਬਾਰੇ ਗੌਰਮੈਂਟ ਨੂੰ ਕੁਝ ਸੋਚਣਾ ਚਾਹੀਦਾ ਦੇਖੋ ਮੇਰੇ ਵਿਚਾਰ ਦੇ ਨਾਲ ਕਿ ਇਸ ਬਾਰੇ ਪਹਿਲਾਂ ਵਰਕਿੰਗ ਨਹੀਂ ਕੀਤੀ ਗਈ ਜ਼ਮੀਨੀ ਲੈਵਲ 'ਤੇ ਵਰਕਿੰਗ ਨਹੀਂ ਕੀਤੀ ਗਈ ਜੀ ਇਸ ਲੈਵਲ 'ਤੇ ਪਹਿਲਾਂ ਚਾਹੀਦਾ ਸੀ ਕਿ ਲੋਕਡਾਊਨ ਦੇ ਪਹਿਲੇ ਇੱਕ ਇਹੋ ਜਿਹੀ ਪੋਲਸੀ ਬਣਾਈ ਜਾਂਦੀ ਕਿ ਜਿਹੜੇ ਮਜ਼ਦੂਰਾਂ ਨੇ ਜਿਹੜੇ ਬਾਹਰਲੇ ਆਦਮੀਆਂ ਨੇ ਜਿਹੜੇ ਸਾਡੇ ਬਾਹਰਲੇ ਬੜੇ ਆਏ ਹੋਏ ਨੇ ਭਰਾ ਸਾਡੇ 'ਤੇ ਆਏ ਹੋਏ ਨੇ ਉਹਨਾਂ ਨੇ ਜਗ੍ਹਾ ਬਾਹਰ ਜਾਣਾ ਹੋਣ ਸਪੈਸ਼ਲ ਟ੍ਰੇਨਾਂ ਚਲਾ ਕੇ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਸੀ ਕਿਉਂਕਿ ਉਹ ਸ਼ੁਰੂਆਤੀ ਪੀਰੀਅਡ ਸੀ ਅੱਜ ਜਦੋਂ ਕਰੋਨਾ ਬੂਮ 'ਤੇ ਹੈ ਜਦੋਂ ਜਿਹੜੇ ਸਾਡੇ ਬਾਹਰਲੇ ਭਰਾ ਨੇ ਜਿਹੜੇ ਬਾਹਰੋਂ ਆਏ ਹੋਏ ਨੇ ਉਹ ਘਬਰਾਏ ਹੋਏ ਨੇ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਨੇ ਇਸ ਅਫਰਾ ਤਫਰੀ ਵਿੱਚ ਨਾ ਤਾਂ ਸੋਸ਼ਲ ਡਿਸਟੈਂਸਿਸ ਦੀ ਪਾਲਣਾ ਹੋ ਰਹੀ ਹੈ ਨੰਬਰ 2 'ਤੇ ਇੱਕ ਇੱਕ ਮਜ਼ਦੂਰ ਇੱਕ ਇੱਕ ਜਿਹੜਾ ਮੇਰਾ ਬਾਹਰੋਂ ਭਰਾ ਆਇਆ ਹੋਇਆ ਉਹ ਆਪਣੇ ਘਰ ਜਾਣ ਨੂੰ ਇੰਨਾ ਉਤਾਵਲਾ ਨੇ ਕਿ ਉਹ ਪ੍ਰਾਈਵੇਟ ਬੱਸਾਂ ਕਰ ਰਹੇ ਨੇ ਟਰੱਕ ਕਰ ਰਹੇ ਨੇ ਉਹ ਇੱਕ ਇੱਕ ਬੱਸ ਵਿੱਚ 100-100, 200 ਰੋਜ਼ਾਨਾ 3-3 ਹਜ਼ਾਰ ਰੁਪਇਆ 4-4 ਹਜ਼ਾਰ ਰੁਪਇਆ ਦੇ ਕੇ ਆਪਣੇ ਪਿੰਡ ਜਾ ਰਿਹਾ ਜੇਕਰ ਸਾਡੀ ਜਿਹੜੀ ਇੰਡਸਟਰੀ ਹੈ ਡਿਪੈਂਡ ਕਰਦੀ ਹੈ ਉਹ ਸਾਰੇ ਹੀ ਯੂਪੀ ਬਿਹਾਰ ਝਾਰਖੰਡ ਦੇ ਜਿਹੜੇ ਸਾਡੇ ਭਰਾ ਆਉਂਦੇ ਨੇ ਜਿਹੜੀ ਲੇਬਰ ਆਉਂਦੀ ਹੈ ਉਹਦੇ 'ਤੇ ਡਿਪੈਂਡ ਕਰਦੀ ਹੈ ਹੁਣ ਸਰਕਾਰ ਕਹਿੰਦੀ ਜੀ 70% ਇੰਡਸਟਰੀ ਚੱਲ ਪਈ ਹੈ ਮੈਂ ਆਪਣੇ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਰ ਜ਼ਮੀਨੀ ਪੱਤਰ 'ਤੇ ਆ ਕੇ ਛਾਣਬੀਨ ਕਰੋ ਅੱਜ ਅੰਮ੍ਰਿਤਸਰ 'ਚ 2 ਫੋਕਲ ਪੁਆਇੰਟ ਹੈ 2 ਇੰਡਸਟਰੀ ਏਰੀਏ ਨੇ ਜਾ ਕੇ ਦੇਖੋ ਉੱਥੇ 25% ਤੋਂ ਬਾਅਦ ਇੰਡਸਟਰੀ ਨਹੀਂ ਚੱਲ ਰਹੀ ਜਿਹੜੀ 25% ਇੰਡਸਟਰੀ ਚੱਲ ਰਹੀ ਹੈ ਉਹਦੇ 'ਤੇ ਵੀ 25% ਕੰਮ ਹੋ ਰਿਹਾ 25% ਲੇਬਰ ਹੈ ਉੱਥੇ ਅਤੇ ਆਪਾਂ ਸਪੋਜ਼ ਕਰ ਲਓ ਕੋਈ ਸੁਣੀ ਸੁਣਾਈ ਗੱਲ 'ਤੇ ਕਹੀ ਜਾ ਰਹੇ ਹੈ ਕਿ 70% ਕੰਮ ਚਾਲੂ ਹੋ ਗਿਆ ਇਹ ਬਿਲਕੁਲ ਹੀ ਇਹਨਾਂ ਦੀ ਕਲਪਨਾ ਇਹਨਾਂ ਦੀ ਕੋਈ ਵੀ ਕੰਮ ਜਿਹੜਾ ਹੈਗਾ ਨਹੀਂ 25 ਤੋਂ ਲੈ ਕੇ 30% ਦੋ 'ਤੇ ਕੰਮ ਚਾਲੂ ਨਹੀਂ ਆਏ ਰੰਜਨ ਜੀ ਫਿਰ ਤੁਸੀਂ ਜਿਵੇਂ ਦੱਸਿਆ 25% ਇੰਡਸਟਰੀ ਚੱਲ ਰਹੀ ਹੈ ਵਿਆਜ ਭਾੜੇ ਪੈ ਰਹੇ ਹਨ ਲੇਬਰ ਸਾਡੇ ਕੋਲ ਹੈ ਨਹੀਂ ਫਿਰ ਕਿਵੇਂ ਅਸੀਂ ਆਸ ਲਾਉਂਦੇ ਹਾਂ ਕਿਵੇਂ ਸਰਕਾਰਾਂ ਆਸ ਲਾ ਕੇ ਬੈਠੀਆਂ ਵੀ ਇੰਡਸਟਰੀ ਮੁੜ ਸਰਵਾਈਵ ਕਰੇਗੀ ਨਿੱਡਾ ਜੀ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਜ਼ਮੀਨੀ ਪੱਤਰ 'ਤੇ ਕੰਮ ਕਰਨਾ ਪਊਗਾ ਮੇਨ ਮੁੱਦਾ ਅੱਜ ਲੇਬਰ ਤੋਂ ਇਲਾਵਾ ਮਾਲ ਦਾ ਰਾ ਮਟੀਰੀਅਲ ਦੀ ਸਪਲਾਈ ਦਾ ਔਰ ਫਿਨਿਸ਼ਿੰਗ ਮਾਲ ਦੀ ਸਪਲਾਈ ਦਾ ਵੀ ਹੈ ਹੁਣ ਜਿਸ ਫੈਕਟਰੀ 'ਚ ਔਖਿਆਂ ਸੌਖਿਆਂ ਅੱਗੇ 25% 30% 40% ਕੰਮ ਚੱਲਦਾ ਪਿਆ ਉਹ 2-4-5 ਦਿਨਾਂ ਬਾਅਦ ਉਹ ਰਾ ਮਟੀਰੀਅਲ ਖਤਮ ਹੋਈ ਜਾ ਰਿਹਾ ਕਿਉਂਕਿ ਰਾ ਮਟੀਰੀਅਲ ਦੀ ਸਪਲਾਈ ਨਹੀਂ ਹੈ ਰਾ ਮਟੀਰੀਅਲ ਜਿੰਨਾ ਵੀ ਆਉਂਦਾ ਹੈ ਉਹ ਦੂਜੀਆਂ ਸਟੇਟਾਂ ਤੋਂ ਆਉਂਦਾ ਇੱਕ ਦਿਨ 2 ਦਿਨ 3 ਦਿਨ ਫੈਕਟਰੀ ਚੱਲਦੀ ਹੈ ਅਤੇ ਰਾ ਮਟੀਰੀਅਲ ਖਤਮ ਹੋ ਜਾਂਦਾ ਹੁਣ ਰਾ ਮਟੀਰੀਅਲ ਖਰੀਦਣ ਵਾਸਤੇ ਪੈਸੇ ਚਾਹੀਦੇ ਹੈ ਇੱਥੋਂ ਮਾਲ ਬਾਹਰ ਜਾਂਦਾ ਹੈ ਪੈਸੇ ਬਾਹਰੋਂ ਆਉਂਦੇ ਨੇ ਹੁਣ ਅੱਜ ਅਸੀਂ ਗੱਲ ਕਰੀਏ ਵੱਡੇ ਸ਼ਹਿਰਾਂ ਵਿੱਚੋਂ ਮਹਾਂਨਗਰਾਂ ਵਿੱਚੋਂ ਬੰਬੇ ਦੀ ਗੱਲ ਕਰੀਏ ਕਲਕੱਤਾ ਦੀ ਗੱਲ ਕਰੀਏ ਅਹਿਮਦਾਬਾਦ ਦੀ ਗੱਲ ਕਰੀਏ ਇੰਦੌਰ ਦੀ ਗੱਲ ਕਰੀਏ ਪੁਣੇ ਗੱਲ ਕਰੀਏ ਬਿਲਕੁਲ ਲੋਕਡਾਊਨ ਹੈ ਬਿਲਕੁਲ ਮਾਰਕੀਟਾਂ ਸਭ ਡਾਊਨ ਹੈ ਜੇਕਰ ਇੱਥੋਂ ਇੰਡਸਟਰੀ ਵਾਲਾ ਮਾਲ ਆਪਣਾ ਬਣਾਉਂਦਾ ਵੀ ਹੈ ਉਹ ਬਾਹਰ ਕਿੱਦਾਂ ਜਾਊਗਾ ਦੇਖੋ ਮੈਨੂਫੈਕਚਰਿੰਗ ਦਾ ਕੰਮ ਹੈ ਇੱਕ ਚੇਨ ਹੈ ਇੱਕ ਸਪਲਾਈ ਔਰ ਮੈਨੂਫੈਕਚਰਿੰਗ ਦੀ ਜੇਕਰ ਇਹ ਦੋਵੇਂ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੋਈ ਵੀ ਟ੍ਰੇਨ ਪੱਟੀ ਤੋਂ ਉਤਰਨ ਦੀ ਨਹੀਂ ਰਹਿ ਸਕਦੀ
वो पट्टी तो उतरनी उतरनी है। मैं तुम दसना चाहता है कि पंजाब सरकार का एक डिपार्टमेंट बनया है PSIEC पंजाब सरकार का एक डिपार्टमेंट है जिहड़ा कि कच्चे माल की इंडस्ट्री नू माल सप्लाई करता है और उन्होंने माल कोई भी जिहड़ा होवे सस्ते रेट से उन्होंने माल उपलब्ध कराता। पिछले 3 महीनों तो 4 महीनों तो देखना पिया कि कित्थे गया PSIEC डिपार्टमेंट, जबकि इस वेले सरकार नू चाहिए सी कि PSIEC नू माल वध तो वध और इत्थे माल उन्होंने डिपो भी देंदी और वो माल लोगों को व्यापारियों को चैक लैके या उन्होंने माल सस्ते रेट से उपलब्ध कराते तो फिर तो सोचा जाता कि यार सरकार व्यापार नू और इंडस्ट्री नू बढ़ावा देने वास्ते बहुत यत्न कर रही है, पर सरकार वालों कोई यहो जिहा उपराला नहीं। बिजली के बिलों की गल करिए, लगातार पिछले 3 महीनों तो बिजली के बिल आ रहे हैं, पिछले जो पिछले महीने जो बिल आए ने वो पिछले एवरेज के हिसाब से बिल आ रहे हैं। अज लॉकडाउन है, पिछले साल एवं महीनों में काम का बूम सी जेगा उदो लोगों ने 18-18 घंटे अपनी फैक्ट्रियां चलाइया, लोगों के 3-3, 4-4 लाख के बिल आए, तो अज लोगों के घर बैठिया 3-3, 4-4 लाख के बिल आ गए। मैं सरकार को पूछना चाहता है कि वह बिल कितना पे करेंगे। तुसी फिर बिजली डिपार्टमेंट वाले ने फोर्स किया इंडस्ट्रीज वाले नू व्यापारियों नू कि तुहानू बिल भरना पाऊगा नहीं तुहाडे बिजली कनैक्शन कर दे जाएंगे। मैं पंजाब सरकार को पूछना चाहना कि तुहाडे चेयरमैन साहब का तुहाडे मंत्रियों का फोन आया, तुहाडे मंत्रियों दे ने इंडस्ट्री वालों कंपेल किया कि इंडस्ट्री चलाओ क्योंकि सरकार को बिजली की आपूर्ति इन्नी ज़्यादा कि जेकर आप बिजली यूज नहीं करांगे तो हो सकता कोई बिजली बिजली दे कोई सड़ जाए कुछ हो जाए तो इस वास्ते बिजली यूज की जाए इंडस्ट्री चलाई जाए। देखो एक पासे दे सरकार जी सरप्लस बिजली डेली दी है उन्हों वेस्ट जा रही है, तो की सरकार का यह फर्ज नहीं बनता जी बिजली वेस्ट जाती पी है वो इंडस्ट्री वालों को कहन कि जाओ जी असी तुहानू बिजली 50% रैट दे तुहानू दिंदे आ, तुसीं 50% बिजली का बिल दिओ ते अपनियां इंडस्ट्रियां चलाओ ते ताकि व्यापारी प्रोडक्शन भी करदे रैत भी मिलती सरकारां दे काम भी चलते सरकार नू रेवन्यू भी आंदा और बिजली के बिल भी आंदे और व्यापारियों भी फायदा होंदा। रंजन जी तुहाडियां गल्लां तों हिसाब एक लगता है भी व्यापारी जिहड़ा जां कारखानेदार है वह विचकार खड़ोता है ते चारों पासे टोए। आप जी शॉर्टली कोई आप ब्रीफ जी है जो कोई सरकार को सलाह देनी हो गवर्नमेंट को इमीजिएटली यह करना चाहिए जिवें तुसीं बिजली की बड़ी सोहनी गल आखी होर किहड़ियां जल्लां मैं चाहूँगा ब्रीफली थोड़ा जिहा दसो भी जिहदे नाल इंडस्ट्री भी सरवाइव कर जाए रिटेलर होलसेलर जिहड़े इंडस्ट्री नाल जुड़े क्योंकि कारखाना जे चलेगा इंड होलसेलर की लोड़ पेगी होलसेलर ने वसना तो रिटेलर की लोड़ पेगी की समझ दो ब्रीफली मैं चाहना वो बारे दसो। सर ब्रीफली दो फंडामेंटल ने बहुत वधिया एक ते समाल स्केल व्यापारियों के जो मीडियम क्लास इंडस्ट्री है MSE वो दो कैटागरी लीती जाए एक इंडस्ट्री एक ट्रेडर्स ते जो छोटे व्यापारी आते हैं इन 5-6% के बीच सरकार इमीडिएट बैंकों को कहे कि इन्हों रुपया मोहित कराया जाए इन। दूसरा बिजली रेट 3 महीने वास्ते जो है नहीं घट तो घट करते जा और सब तो रिलीफ वाली गल है वह लॉकडाउन के पीरियड के विचकार जे बैंकों को इंटरस्ट व्यापारियों पे ने और जो EMI व्यापारियों की पेंडिंग पी है इनू थोड़े टाइम वास्ते मुअत्तल कीतिया जान और बैंकों के होल्ड करती जान और विदाउट इंटरस्ट साल 2 साल तो बाद चार्ज लिता जाए वापस और 3 महीनों का जरा बैंकों का इंटरस्ट है वो सारा ही व्यापारियों को माफ़ कर दिया जाए या कोई 50% 60% की व्यापारियों को रिबेट दी जाए। बहुत ही विस्तारपूर्वक रंजन जी ने दसिया जेकर इस प्रोग्राम क्योंकि फास्टवे चैनल पर जो प्रोग्राम है तुसी सारे देख रहे हो
सरकारी जिहड़े अफसरां वो भी देख रहे हैं, मंत्री साहबान भी देख रहे हैं, एक सुनेहा दिता रंजन अग्रवाल जी ने जिहड़ी कि रीप्रजेंट कर रहे हैं, ये कोई अपने बारे नहीं कह रहे, ये कल्ले रंजन अग्रवाल का मसला नहीं है, कल्ले फास्टवे का मसला नहीं, कल्ले नीटा सिंह का मसला नहीं, ये मसला हर बंदे का है जिन्हें ये सारा संताप झेलिया, जिन्हें करफ्यू लॉकडाउन वेख्या, जिन्हें अपने कारखानों के ताले लगे वेखे है, ये सारे लिए लोड़ है कोई यहोजा पैकेज जल्दी आए ता जो ये लोग साढ़े मुड़ सरवाइव करन, तो फिर असी वह जी खुशहाली वाला व्यापार भी कर सकी, अपने परिवारों का पाल पोषण भी कर सकी। सर एक प्रोग्राम के आखिर एक सवाल पूछना चाहूँगा, एक बड़ा वड्डा मसला होया सी अमृतसर दिल्ली अमृतसर कटरा जिहड़ा हाईवे एक्सप्रैस बनना सी उहदे विचों अमृतसर नूं कट दिता गया, फिर पा दिता गया, हुण क्यों जी अमृतसर ऐड हो गया, हुण अमृतसर जिहड़ा ये एक्सप्रैस हाईवे है उहने अमृतसर नूं टच करके लंघना, किन्ने क फायदे होने आ आउण वाले समें? बेनती है वह कि जब तुम सवाल पूछा बहुत ही जरूरी सी, क्योंकि साड़ी पोलिटिकल पार्टिया की रूलिंग पार्टी की और ओपोजिशन पार्टिया की आपसी फुट के कारण इस अलग किया गया सी। जदों अमृतसर के व्यापार जगत में इसकी सूचना मिली, अलग अलग सारे ही व्यापारी संगठन की मीटिंग हुई, पोलिटिकल आदमियों की मीटिंग हुई, उहदे विच इस गल की पास किया गया कि सारिया ही पार्टियां अपने मतभेद भुल के अमृतसर नूं एक्सप्रैस वे विच जोड़न का प्रयास करन। सारे ही संगठन ने, व्यापारियों ने, साडे माणयोग प्राइम मिनिस्टर नरेंद्र मोदी जी नूं बेनती की नितिन जी नूं कि अमृतसर नूं जेकर इस विच ना जोड़िया गया तो अमृतसर बहुत वड्डा नुकसान होएगा, बिजनेस का नुकसान ही होएगा। और साढ़े अमृतसर विश्व प्रसिद्ध हरिमंदर साहब ने श्रद्धालु हर दुनिया के हर कोने च दर्शनों वास्ते आते हैं, क्योंकि जेकर अमृतसर हुण जोड़िया गया 200 किलोमीटर का डिस्टेंस घट हो गया। मैं सोचदा कि 200 किलोमीटर डिस्टेंस के नाल कटने नाल जिथे व्यापार का फायदा होया वै उत्थे सारा टूरिज्म भी बढ़ेगा। और अमृतसर वास्ते संजीवनी बूटी है, और मैं सभी पार्टियां का धन्यवाद करता हाँ कि उन्होंने एक आवाज़ उठा के इस नूं दोबारा जोड़न का प्रयत्न विच सहयोग किया। रंजन जी असीं तुहाडे बहुत धन्नवादी हाँ, तुसीं अपने रुझेवियां चों टाइम कढ के साडे स्टूडियो दे विच आए और सानूं बड़े अपने वडमुल्ले विचार दसे, जिहड़े कि असीं कोशिश करांगे हर एक बंदे तक पहुँचाइए, क्योंकि मसला सब का है तो सब ने सांझा हो के सोचना है, इम्तिहान तो हाल ही चलना है, करोना कोई मुक नहीं गया। बहुत बहुत धन्यवाद जी। मैं फास्टवे का बहुत बहुत धन्यवादी हाँ जी, जिन्होंने अज मैंने एक सहयोग समझिया और बुला के विचार लिते। विचार जानने का टीचा एको ही होंगे है, आओ जिहड़ियां विचारां दे नाल जिहड़े सिट्टे निकलते हैं उन्होंने संबंधित अफसरां तक पहुँचाइए, संबंधित लोगों तक पहुँचाइए कि सरकारां तक पहुँचाइए। करोना इम्तिहान की कड़ी है, लॉकडाउन की कड़ी हाल ही भी चल रही है, करोना का इम्तिहान कोई मौका नहीं, हर पासे जिहड़े पेशेंट वधदे जा रहे हैं, पर इंडस्ट्री जे रंजनी दस्या मार्केटा होलसेलर रिटेलर अते आम परिवार जिहड़ा कि मैं समझना भी बहुत ज़्यादा सफर कर रहा है, बहुत लोड़ है गंभीरता नाल जिहड़े जिहड़े लोग संबंधित हैं इन्हां बारे सोचन। और जिहड़े बड़े थोड़े टाइम दे विच रंजन अग्रवाल जी ने एक जिहड़ी तजवीज़ां दित्तियां, बड़ा सौखा है बिजली दियां दरां कटानियां, व्याज वेव करने, कच्चे माल की सप्लाई नूं यकीनी बनाना, ये कीतियां हो सकता है जिहड़ी पंजाब दी इंडस्ट्री, पंजाब दा ट्रेडर बिल्कुल जमीन ते इसलिए पहुँच चुका है, उन्हूं फिर एक मौका मिले वो अपने आप नूं कायम कर। पंजाबी सारे संसार दे विच अपनी हिम्मत वजो जाने जाते हैं, जे सरकारां वल्लों जे केंद्रीय सरकार राज सरकारां वल्लों इन्हां नूं सहयोग मिलेगा तो इस गल नूं यकीनी असीं समझ सकते हाँ भी आने वाले समय के फिर एक नवी जान पएगी इंडस्ट्री दे विच अते ट्रेड दे विच। एक बार फिर तुहाडा सारिआं दा धन्नवाद, जिहड़े कि साडे इस प्रोग्राम नूं हमेशा वेखदे हो, सानूं परवां हुंगारा दिंदे हो। साडी कोशिश इदां ही रहेगी आने वाले समय के भी साम सवाल अमृतसर शहर के इस प्रोग्राम को लैके फिर नवे मेहमानों को लैके तुहाडी सेवा जी हाजिर होइए। हुण आगे आ जाओ जी रंजन जी, बहुत बहुत धन्यवाद जी। बहुत बहुत धन्यवाद जी।